देख रहे हो लिविंग इंडिया न्यूज। ਤੁਹਾਨੂੰ ਵਿਖਾ ਰਹੇ ਹਾਂ ਰਾਤ ਨੂੰ ਕਮਰੇ ਅੰਦਰ ਅੰਗੀਠੀ ਜਲਾਈ ਹੋਈ ਸੀ। ਦਰਅਸਲ ਧੂੰਏ ਕਰਕੇ ਨਹੀਂ, ਜਿਹੜੀ ਗੈਸ ਹੁੰਦੀ ਹੈ, ਆਮ ਤੌਰ 'ਤੇ ਜਦੋਂ ਦਰਵਾਜ਼ੇ ਖਿੜਕੀਆਂ ਬੰਦ ਹੋਣ ਤਾਂ ਗੈਸ ਪੈਦਾ ਹੁੰਦੀ ਹੈ ਅੰਗੀਠੀ ਦੇ ਜਲਣ ਤੋਂ ਬਾਅਦ। ਉਸ ਗੈਸ ਦੇ ਚੱਲਦੇ ਆ ਦੋ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਜਿਹੜੇ ਨੇ ਹਸਪਤਾਲ 'ਚ ਜਿਹੜੇ ਇਲਾਜ ਨੇ। ਅੰਗੀਠੀ ਜਾਨਲੇਵਾ ਬਣੀ ਹੈ, ਸਿਵਲ ਹਸਪਤਾਲ 'ਚ ਮਰੀਜ਼ਾਂ ਦਾ ਇਲਾਜ ਚੱਲ ਰਿਹਾ। ਰਾਤ ਇਹਨਾਂ ਨੇ ਜੀ ਗਿੱਠੀ ਜੀ ਲਾ ਲਈ ਅੰਦਰ ਅਤੇ ਸਾਰਾ ਬੰਦ ਕਰਕੇ ਅੰਦਰ ਗੈਸ ਬਣ ਗਈ ਅਤੇ ਫਿਰ ਸਵੇਰੇ ਸਾਨੂੰ ਪਤਾ ਲੱਗਿਆ ਜੀ ਕਿ ਬੰਦੇ ਦੋ। ਕਿੰਨੇ ਵਜੇ ਤੁਹਾਨੂੰ ਲੱਗਿਆ ਪਤਾ ਜੀ? ਇਹ 8:30 ਵਜੇ ਪਤਾ ਲੱਗਿਆ ਜੀ ਸਾਨੂੰ। ਕਿੰਨੇ ਬੰਦੇ ਫਿਰ ਡੈਥ ਹੋਈ? ਕਿੰਨਾ? ਦੋ ਜਿਹੜੇ ਡੈਥ ਹੋਈ ਹੈ ਜੀ ਅਤੇ ਦੋ ਸੀਰੀਅਸ ਹੈ ਜੀ ਹੋਸਪਿਟਲ 'ਚ। ਇਹ ਕਿੱਥੇ ਦੇ ਰਹਿਣ ਵਾਲੇ ਸੀਗੇ? ਇਹ ਕਿਰਾਣੇ ਦੇ ਰਹਿਣ ਵਾਲੇ ਹੈ ਜੀ। ਤੁਹਾਡੇ ਇੱਥੇ ਕੀ ਕਰਦੇ ਜੀ? ਉਰੇ ਕੱਪੜੇ ਦਾ ਕੰਮ ਕਰਦੇ ਆ ਜੀ, ਦੁਕਾਨ ਇਹਨਾਂ ਦੀ ਟੋਲ। ਤੁਹਾਡੇ ਘਰ ਇੱਥੇ? ਉਰੇ ਕਿਰਾਏ 'ਤੇ ਰਹਿੰਦੇ ਜੀ ਸਾਡੇ। ਕਿੰਨੀ ਦੇਰ ਤੋਂ ਰਹਿ ਰਹੇ? 5-6 ਸਾਲ ਤੋਂ। ਅਤੇ ਕਮਰਾ ਬੰਦ ਰੱਖਿਆ ਸੀ ਇਹਨਾਂ ਨੇ, ਗਲਤੀ ਇਹਨਾਂ ਦੀ ਇਹ ਸੀ। ਅੰਗੀਠੀ ਜਲੀ ਅਤੇ ਅੰਦਰ ਅੱਗ ਬਣਾ ਕੇ ਇਹਨਾਂ ਨੇ ਰੱਖੀ ਵੀ, ਪਰ ਉਸ ਤੋਂ ਬਾਅਦ ਜਿਹੜੀ ਜ਼ਹਿਰੀਲੀ ਗੈਸ ਹੁੰਦੀ ਹੈ ਉਹ ਲਗਾਤਾਰ ਚੜ੍ਹਦੀ ਨਜ਼ਰ ਆਈ। ਦੋ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਹਸਪਤਾਲ 'ਚ ਭਰਤੀ ਨੇ। ਮਨਜੀਤ ਅਪਨ ਸਾਡੇ ਪੱਤਰਕਾਰ ਵੀ ਰਾਜਪੁਰੇ ਤੋਂ ਜੁੜ ਚੁੱਕੇ ਨੇ। ਮਨਜੀਤ, ਕਿੱਥੇ ਦਾ ਮਾਮਲਾ ਦੱਸਿਆ ਜਾ ਰਿਹਾ? ਕਿੱਥੇ ਦੇ ਵਸਨੀਕ ਨੇ ਇਹ ਅਤੇ ਅੰਗੀਠੀ ਜਿਹੜੀ ਹੈ ਉਹ ਲੱਕੜ ਦਾ ਬਾਲਣ ਬਣਾ ਕੇ ਰੱਖੀ ਹੋਈ ਸੀ ਜਾਂ ਫਿਰ ਕੋਲੇ ਵਾਲੀ ਅੰਗੀਠੀ ਬਣਾ ਕੇ ਰੱਖੀ ਸੀ ਇਹਨਾਂ ਨੇ ਜਿਹਦੇ ਕਰਕੇ ਗੈਸ ਚੜ੍ਹੀ ਹੈ ਅਤੇ ਮੌਤ ਹੋ ਚੁੱਕੀ ਹੈ? ਅਮਰ ਜੀ, ਇਹ ਜਿਹੜਾ ਵਾਕਫਾ ਹੈ ਇਹ ਰਾਜਪੁਰਾ ਦੇ ਸ਼ਾਮ ਨਗਰ ਇਲਾਕੇ ਦੇ ਵਿੱਚ ਜਾਮਾ ਮਸਜਿਦ ਹੈ, ਉਹਦੇ ਪਿਛਲੀ ਸਾਈਡ ਤੇ ਇਹ ਇੱਕ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਰਹਿ ਰਿਹਾ ਸੀ। ਇਸ ਪਰਿਵਾਰ ਦੇ 4 ਜੀਅ ਸਨ। ਇਹਨਾਂ ਵੱਲੋਂ ਰਾਤ ਤੋਂ ਠੰਡ ਨੂੰ ਬਚਣ ਲਈ ਕਮਰੇ ਦੇ ਵਿੱਚ ਇੱਕ ਅੰਗੀਠੀ ਨੁਮਾ ਇੱਕ ਡਰੰਮ ਰੱਖਿਆ ਹੋਇਆ ਸੀ ਜਿਹਦੇ ਵਿੱਚ ਕੋਲੇ ਬਾਲ ਕੇ ਇਹਨਾਂ ਵੱਲੋਂ ਕਮਰੇ ਨੂੰ ਗਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਜੋ ਰਾਤ ਨੂੰ ਇਹ ਜੋ ਮੁਹੰਮਦ ਫਰੀਦ ਨਾਂ ਦਾ 50 ਸਾਲਾ ਜੋ ਵਿਅਕਤੀ ਹੈ ਆਪਣੇ 4 ਪਰਿਵਾਰ ਦੇ ਹੋਰ ਜੀਆਂ ਨਾਲ ਕਮਰੇ ਦੇ ਵਿੱਚ ਸੋ ਰਿਹਾ ਸੀ। ਇਸ ਦੇ ਨਾਲ 18 ਸਾਲਾ ਸ਼ਾਬਾਦ ਅਤੇ 25 ਸਾਲਾ ਸੋਨੂੰ, ਇੱਕ 15 ਸਾਲਾ ਮੋਸੀਨ ਵੀ ਇਸ ਕਮਰੇ ਦੇ ਵਿੱਚ ਮੌਜੂਦ ਸਨ, ਜਿਸ ਕਾਰਨ ਜੋ ਰਾਤ ਨੂੰ ਇਹ ਕਮਰਾ ਗਰਮ ਕਰਨ ਲਈ ਅੰਗੀਠੀ ਬਾਲੀ ਗਈ ਸੀ ਕੋੜਿਆਂ ਦੀ। ਉਸ ਜਦੋਂ ਇਹ ਰਾਤ ਨੂੰ ਸੋ ਗਏ ਤਾਂ ਉਸ ਅੰਗੀਠੀ ਚੋਂ ਜੋ ਧੂੰਆਂ ਨੋਮੀ ਗੈਸ ਜੋ ਨਿਕਲੀ, ਉਸ ਗੈਸ ਦੇ ਚੜ੍ਹਨ ਵਾਲੀ ਇਹਨਾਂ ਦੀ ਦੋ ਵਿਅਕਤੀਆਂ ਜਿਹਨਾਂ ਦੇ ਵਿੱਚ ਮੁਹੰਮਦ ਫਰੀਦ 50 ਸਾਲਾ ਅਤੇ ਸ਼ਾਬਾਦ 18 ਸਾਲਾ ਦੀ ਮੌਤ ਹੋ ਗਈ ਅਤੇ ਸੋਨੂੰ 25 ਸਾਲਾ ਔਰ ਮੋਸੀਨ 15 ਸਾਲਾ ਜੋ ਨੌਜਵਾਨ ਸਰ ਉਹਨਾਂ ਉਹ ਬੇਸਬੁੱਤ ਹੋ ਗਏ, ਜਿਹਨਾਂ ਨੂੰ ਜਿਹੜੇ ਇਲਾਜ ਰਾਜਪੁਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਰਾਜਪੁਰਾ 'ਚ ਭਰਤੀ ਨੇ ਦੋ ਫਿਲਹਾਲ ਜਿਹੜੇ ਪੀੜਤ ਨੇ। ਤੁਹਾਡੇ ਤੋਂ ਜਾਣਨਾ ਚਾਹਾਂਗੇ ਇਹਨਾਂ ਦਾ ਮੈਡੀਕਲ ਬੁਲੇਟਿਨ ਕੀ ਦੱਸਿਆ ਜਾ ਰਿਹਾ ਡਾਕਟਰਸ ਵੱਲੋਂ? ਜੀ, ਅਜੇ ਜੋ ਘਾਇਲ ਸਨ, ਜੋ ਬੇਸਬੁੱਧ ਦੋ ਵਿਅਕਤੀ ਹੋਏ ਸਨ, ਇਹਨਾਂ ਦਾ ਹਾਲੇ ਇਲਾਜ ਚੱਲ ਰਿਹਾ ਹੈ, ਡਾਕਟਰ ਇਹਨਾਂ ਦਾ ਇਲਾਜ ਕਰ ਰਹੇ ਹਨ ਅਤੇ ਖਤਰੇ ਤੋਂ ਜੋ ਬਾਹਰ ਦੱਸੇ ਜਾ ਰਹੇ ਹਨ ਦੋਨੋਂ ਵਿਅਕਤੀ। ਪਰ ਦੋ ਜੋ ਵਿਅਕਤੀ ਹਨ ਮੁਹੰਮਦ ਫਰੀਦ ਅਤੇ ਸ਼ਾਬਾਦ, ਇਹਨਾਂ ਦੋਨਾਂ ਦੀ ਜੋ ਦਮ ਘੁੱਟਣ ਨਾਲ ਮੌਤ ਹੋ ਚੁੱਕੀ ਹੈ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਸੀ ਅਤੇ ਇਹਨਾਂ ਦੀ ਮੌਤ ਹੋਈ ਹੈ। ਰਾਤ ਨੂੰ ਕਮਰੇ ਅੰਦਰ ਅੰਗੀਠੀ ਜਲਾਈ ਸੀ ਅਤੇ ਉਸ ਤੋਂ ਬਾਅਦ ਗੈਸ ਚੜ੍ਹੀ, ਦੋ ਦੀ ਮੌਤ ਹੋ ਚੁੱਕੀ ਹੈ। ਦੋ ਗੰਭੀਰ ਰੂਪ 'ਚ ਹਾਲਾਂਕਿ ਬੇਸੁੱਧ ਨੇ, ਪਰ ਉਹਨਾਂ ਦੀ ਸਥਿਤੀ ਜਿਹੜੀ ਹੈ ਠੀਕ ਦੱਸੀ ਜਾ ਰਹੀ ਹੈ, ਖਤਰੇ ਤੋਂ ਬਾਹਰ ਨੇ ਇਹ।